हाँ जी दर्शकों की हाल चाल ने, मैं हाँ थोड़ा अपना हैप्पी सिंह ते चैनल नैशनल बज़ ओ सॉरी यार दोबारा इस गल विच किन्नी सच्चाई है तुसी भी सत श्री अकाल दोस्तों, मैं हाँ थोड़ा अपना हैप्पी सिंह ते थोड़े वास्ते लैके हाजिर हाँ थोड़ा अपना शो कॉमेडी एक्सप्रेस। दोस्तों अज असी मौजूद हैं चंडीगढ़ ब्यूटीफुल सिटी चंडीगढ़ सुखना लेक ते। दोस्तों इस गल विच तां सच्चाई हैगी है कि दुनिया दे विच सत अजूबे हुंदे ने, सत समुंदर हुंदे ने ते हफ्ते दे विच सत दिन भी हुंदे ने, पर इह गल जानने की कोशिश करनी है कि जिहड़ा पति पत्नी का रिश्ता है वह वाकई सत जन्मां दा हुंदा है। तुसीं भी जानना चाहुंदे होंगे, आओ फिर जानदे हां लोकां नाल गलबात करके। जी इस गल विच किन्नी सच्चाई है कि पति पत्नी दा रिश्ता सत जन्मां दा हुंदा है? सत जन्म तो कहीं देखे नहीं, इको जन्म कट लो ही बहुत है। मैं तो कभी नहीं चाहवांगी भाई सत जन्म एक है ही हुण। ते जे तुहानूं बंदा मिल जाए जिन्हें सत जन्म वाली गल कही है, उहदा की करोगे तुसीं? असीं उहनूं की करना, उह बेचारा भुगत रिहा जाणा तां ही ते। ਤੁਹਾਨੂੰ ਜੇ ਬੰਦਾ ਮਿਲ ਜੇ ਜਿਹਨੇ ਸੱਤ ਜਨਮ ਵਾਲੀ ਗੱਲ ਕੀ ਹੈ, ਤੁਸੀਂ ਉਹਦਾ ਕੀ ਕਰੋਗੇ? ਮੈਂ ਤਾਂ ਬੜਾ ਵੈਲਕਮ ਕਰਾਂਗਾ। ਵੈਲਕਮ ਕਰੋਗੇ? ਬਿਲਕੁਲ ਜੀ। ਦੇਖ ਲਓ ਆਂਟੀ ਕਿੰਨਾ ਪਿਆਰ ਹੈ, ਤੁਸੀਂ ਕਹਿ ਨਹੀਂ ਰਹੇ। ਆਈ ਲਵ ਯੂ ਕਹਿ ਦਿਓ ਅੰਕਲ ਆਂਟੀ ਨੂੰ। ਆਈ ਲਵ ਯੂ, ਤੁਸੀਂ ਵੀ ਕਹੋ ਆਂਟੀ ਆਈ ਲਵ ਯੂ। ਕੀ ਬਾਤ ਹੈ, ਲਵ ਯੂ ਟੂ ਸਾਰਿਆਂ ਨੂੰ। ਬਾਈ ਇਹ ਔਖਾ ਨਿਕਲਦਾ ਮੈਨੂੰ ਪਤਾ ਹੈ, ਇੱਕੀ ਔਖਾ ਬੜਾ ਔਖਾ ਨਿਕਲਦਾ। ਕਿਵੇਂ ਕਿਵੇਂ ਇੱਕ ਹੀ ਜਨਮ ਬੜਾ ਔਖਾ ਨਿਕਲਦਾ, ਸਾਥ ਤਾਂ ਕਿੱਥੇ ਹੋਣਾ? ਤੁਹਾਡੇ ਬੋਲ ਬੜੇ ਔਖੇ ਨਿਕਲ ਰਹੇ ਆ। ਮੋਜ ਲਿਓ, ਰੋਜ ਲਿਓ, ਅਰਨਾ ਮਿਲਦਾ ਤਾਂ ਖੁਸ਼ ਲਿਓ, ਕੁਛ ਨਹੀਂ ਵਿਆਹ ਮੈਂ ਠੀਕ ਹੈ, ਇਤਨਾ ਕਵਾਰਾ ਇਤਨਾ ਜ਼ਿੰਦਗੀ ਪਾਤਾ ਤਾਂ ਨੂੰ ਬੜਕਾ ਬੈਗ ਡੋਗਾ ਕੱਢ ਲਈ ਪੜਾਸ। ਉਹ ਕਹਿੰਦਾ ਸ਼ਾਦੀ ਦਾ ਲੱਡੂ ਖਾਇਆ ਜਿਸਨੇ, ਉਹ ਵੀ ਪਛਤਾਇਆ, ਜਿਹਨੇ ਨਹੀਂ ਖਾਇਆ ਉਹ ਵੀ ਪਛਤਾਇਆ। ਆਪਾਂ ਤਾਂ ਬੁਖੇਰਾ ਕਰਾ ਜੀ ਰਹੇ ਲੈਂਗੁਏਜ ਭਾਜੀ। ਆਪਣੇ ਕਹਿੰਦੇ ਕਿ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ, ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਆ ਜਨਮ ਤਾਂ ਦੇਖ ਲਿਓ ਪਹਿਲਾਂ। ਇਹ ਗੱਲ ਆਈ ਕਿੱਥੋਂ ਹੈ? ਪਿੱਛੇ ਹੀ ਚੱਲੀ ਆਉਂਦੀ ਆ। ਕਿੱਥੋਂ ਪਿੱਛੋਂ ਕਿੱਥੋਂ? ਪਿੰਕੀ ਮੋਗੇ ਵਾਲੀ ਤੋਂ। ਪਿੰਕੀ ਮੋਗੇ ਵਾਲੀ ਤੋਂ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ, ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ? ਬਿਲਕੁਲ ਸੱਚ ਹੈ ਜੀ। ਬਿਲਕੁਲ ਸੱਚ ਹੈ? ਬਿਲਕੁਲ ਜੀ। ਤੁਸੀਂ ਮੰਨਦੇ ਹੋ? ਬਿਲਕੁਲ ਮੰਨਣਾ ਪੈਂਦਾ ਜੀ, ਜੋ ਪਤਨੀ ਕਹਿੰਦੀ ਉਹ ਮੰਨਣਾ ਪੈਂਦਾ। ਅੱਛਾ ਪਤਨੀ ਨਾਲ ਖੜੀ ਹੈ ਤਾਂ ਮੰਨ ਰਹੇ ਹੋ, ਉਹ ਤਾਂ ਨਹੀਂ ਦਿੰਦੇ। ਇਹ ਤਾਂ ਹੋ ਨਹੀਂ ਸਕਦਾ। ਉਹ ਦੇਖੋ ਹੋਰ ਥੋੜ੍ਹਾ ਜਿਹਾ ਮੰਨਣ 'ਤੇ ਮਜਬੂਰ ਕਰਤਾ, ਕੋਲੇ ਆ ਗਏ ਨੇ। ਨਹੀਂ ਮੰਨਣਾ ਪੈਂਦਾ ਸਰ। ਕੀ ਹਾਲ ਚਾਲ ਹੈ ਆਂਟੀ ਜੀ? ਹਾਂਜੀ ਠੀਕ ਹੈ ਜੀ, ਤੁਸੀਂ ਆਪਣਾ ਸੁਣਾਓ। ਮੈਂ ਤਾਂ ਬਹੁਤ ਵਧੀਆ ਆਂਟੀ ਜੀ, ਬੜਾ ਨਿਆਰਾ ਆ ਰਿਹਾ ਲੇਖ ਤੇ। ਇਹ ਗੱਲ ਆਈ ਕਿੱਥੋਂ ਹੈ? ਇਹ ਆਪਣੇ ਅੰਦਰ ਹੀ ਹੁੰਦੀ ਹੈ। ਕਿੱਥੋਂ ਆਉਂਦੀ ਹੈ? ਅੰਦਰੋਂ ਆਈ ਹੈ। ਅੰਦਰ ਕਿੱਥੇ ਜੀ ਹੈ? ਹੈਂ ਜੀ, ਉਹ ਤੁਹਾਡੇ ਅੰਦਰ ਵੀ ਹੋਣੀ ਹੈ। ਤੁਸੀਂ ਕਹਿੰਦੇ ਹੋ ਕਿ ਮੇਰੀ ਪਤਨੀ ਨਾਲ ਸੱਤ ਜਨਮਾਂ ਦਾ ਰਿਸ਼ਤਾ ਹੋਵੇ? ਹਾਂ ਬਿਲਕੁਲ, ਕਹਿੰਦੇ ਹੁੰਦੇ। ਕਿੰਨਾ ਹੱਸ ਕੇ ਕਹਿ ਰਹੇ? ਕਹਿੰਦੇ ਹੈ ਇਹ ਬਿਲਕੁਲ ਝੂਠੀ ਬਾਤ ਹੈ ਭਾਈ ਸਾਹਿਬ। ਓਕੇ ਭਾਈ ਸਾਹਿਬ ਐਸੇ ਬੋਲ ਰਹੇ, ਬਿਲਕੁਲ ਝੂਠੀ ਬਾਤ ਹੈ। ਤੂੰ ਕਹਾਂ ਮੈਂ ਰਹਿ ਮੈਂ ਇਹ ਬਾਤ ਬਣਾਈ ਕਿਸ ਨੇ? ਸੱਤ ਜਨਮ ਵਾਲੀ, ਇੱਕ ਜਨਮ ਤੋਂ ਸਾਥ ਰਹਿਤਾ ਨਹੀਂ ਹੈ। ਅੱਛਾ ਤੁਹਾਡਾ ਵਿਆਹ ਹੋ ਗਿਆ? ਨਹੀਂ ਹੋਇਆ ਨਾ। ਫਿਰ ਇੱਕ ਜਨਮ ਕੱਢ ਕੇ ਤਾਂ ਦੇਖੋ, ਐਕਸਪੈਰੀਮੈਂਟ ਕਰੋ ਪਹਿਲੇ। ਇਸ ਲਈ ਤਾਂ ਨਹੀਂ ਕੱਢਣਾ, ਪੜੋਸੀਓਂ ਕੋ ਦੇਖਤਾ ਹੂੰ ਸਾਰਾ ਦਿਨ। ਜੇ ਅਗਰ ਸ਼ਾਦੀ ਹੋ ਗਈ ਨਾ ਤਾਂ ਪੜੋਸੀਓਂ ਕੀ ਤਰਫ ਮੈਂ ਦੇਖਣਾ ਨਾ, ਫਿਰ ਪੜੋਸੀ ਮੇਰੀ ਤਰਫ ਦੇਖੇਂਗੇ। ਜਾਗਣਾ ਇੱਕ ਦੂਜੇ ਕੇ ਘਰ ਮੇਂ ਹੀ ਹੈ। ਜਿੰਨਾ ਚਿਰ ਨਬਜ ਚਲੂਗੀ ਨੀ ਤੈਨੂੰ ਦਿਲ ਚੋਂ ਨਹੀਂ ਕੱਢਣਾ, ਤੂੰ ਫਿਕਰ ਕਰੀ ਨਾਨੀ ਮੇਰੇ ਤਾਂ ਸਾਵੀ ਤੇਰੇ ਨੇ। ਕੀ ਬਾਤ ਹੈ, ਤਾੜੀਆਂ ਮਾਰ ਦਿਓ ਭਾਈ ਜੀ। ਪਹਿਲੀ ਵਾਰ ਅਸੀਂ ਲਾਈਵ ਟੈਲੀਕਾਸਟ ਹੋ ਰਿਹਾ ਤੇ ਹਾਂ ਭਾਅ ਜੀ ਨੂੰ ਅਸੀਂ ਕੁਐਸਚਨ ਪੁੱਛਣਾ ਭਾਅ ਜੀ, ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ? ਸੱਤ ਜਨਮਾਂ ਦਾ ਤਦ ਤੱਕ ਹੀ ਹੁੰਦਾ ਜੀ ਜਦ ਤੱਕ ਤੇ ਦੋਨਾਂ 'ਚ ਅੰਡਰਸਟੈਂਡਿੰਗ ਰਹੀ ਹੋਵੇ। ਅੱਛਾ, ਜੇ ਅੰਡਰਸਟੈਂਡਿੰਗ ਨਹੀਂ ਫਿਰ ਤੇ ਅੱਧਾ ਜਨਮ ਵੀ ਨਹੀਂ ਨਿਕਲਦਾ ਜੀ। ਅੱਛਾ ਬਿਲਕੁਲ ਜੀ ਭਾਅ ਜੀ, ਉੱਥੇ ਸੱਤ ਕਮੈਂਟ ਆ ਗਏ ਤੇ ਉਹ ਕਿੱਥੇ ਨੇ ਆਂਟੀ ਜੀ? ਆਂਟੀ ਜੀ ਘਰ ਛੱਡੀ ਹੈ। ਕਿਉਂ ਘਰ ਕਦੋਂ ਛੱਡਤੀ? ਘਰ ਹੀ ਛੱਡਣਾ ਦਿਓ, ਹੁਣ ਨਾਲ ਲੈ ਕੇ ਆਏ ਫਿਰ ਕੀ ਸਕਦਾ ਇੱਥੋਂ? ਕਹਿੰਦੇ ਫਿਰ ਕਹਦਾ ਇੰਜੋਇਮੈਂਟ ਜਿਹੜਾ ਮੈਂ ਇੱਧਰ ਉੱਧਰ ਟਹਿਲ ਲਾਇਆ ਹੈ। ਕੀ ਬਾਤ ਹੈ, ਕੀ ਸੋਹਣੇ ਨਿਆਰੇ। ਤਾਂ ਦਿਲ ਸੇ ਹੋਤਾ ਹੈ ਉਹ ਸਾਥ ਸਾਥ ਜਨ ਤੱਕ ਨਿਪਟਾ ਹੈ ਉਹ। ਦਿਲ ਸੇ ਪਿਆਰ ਕਰਤੇ ਹੋ ਤੋ ਟਾਈਮ ਪਾਸ ਨਹੀਂ, ਦਿਲ ਸੇ ਹੋ। ਚਲ ਗਿਆ ਪਿਆ ਸਾਰੀ ਮਤ ਕਰੀਏਗਾ, ਅੱਛਾ ਜ਼ਿੰਦਗੀ ਬਰਬਾਦ ਮਤ ਕਰੀਏਗਾ, ਅੱਛਾ ਸਾਡੀ, ਅੱਛਾ ਉਹ ਸੱਤ ਜਨਮਾਂ ਦਾ ਕਿਤੋਂ ਖਾਵੇਗਾ ਜਿਹੜਾ ਇੱਕ ਜਨਮ ਹਿੰਦੂ ਬੋਲੀ ਆਏ ਤੇ ਹਿੰਦੂ ਬੋਲਦਾ, ਅੱਛਾ ਇਹ ਬਾਤ ਕਹੀ ਕਿਸਨੇ? ਸਰ ਵਾਈਫ ਕਹਾਂ ਹੈ? ਵਾਈਫ ਤਾਂ ਘਰ ਪੇ ਹੈ। ਵਾਈਫ ਨੂੰ ਘਰੇ ਛੱਡੇ, ਸੱਤ ਜਨਮਾਂ ਦੀ ਗੱਲ ਪੂਰੀ ਲੰਬੀ ਕਹਿਤੀ। ਸੱਤ ਜਨਮਾਂ ਦਾ ਰਿਸ਼ਤਾ ਕਈਆਂ ਦਾ ਹੁੰਦਾ। ਆਂਟੀ ਨੇ ਕਿੰਨਾ, ਆਂਟੀ ਨੇ ਕਿੰਨਾ ਸੋਚ ਕੇ ਕਹਿਣਾ ਸੱਤ? ਕਹਿੰਦੇ ਗਿਣਨੇ ਔਖੇ ਹੋਏ, ਪਹਿਲਾਂ ਘਾਉਣੇ ਬੜੇ ਔਖੇ। ਇੱਕ ਜਨਮ ਮੇਂ ਮੁਸ਼ਕਿਲ ਹੈ। ਪਤੀ ਪਤਨੀ ਕਾ ਰਿਸ਼ਤਾ ਸਾਤ ਜਨਮੋਂ ਕਾ ਹੋਤਾ ਹੈ, ਇਸ ਬਾਤ ਮੇਂ ਕਿਤਨੀ ਸੱਚਾਈ ਹੈ? ਸਾਤ ਜਨਮੋਂ ਕਾ ਤੋ ਨਹੀਂ ਕੁਛ ਨਹੀਂ, ਮੁਝੇ ਨਹੀਂ ਲੱਗਤਾ ਕਿ ਸਾਤ ਜਨਮੋਂ ਕਾ ਹੋਤਾ ਹੈ, ਇਸ ਮੇਂ ਕੁਛ ਸੱਚਾਈ ਹੈ। ਇੱਕ ਜਨਮ ਹੀ ਅੱਛੇ ਸੇ ਬਿਤਾ ਲੇ, ਵੋਹੀ ਬਹੁਤ ਹੈ। ਆਪਕੋ ਕੈਸੇ ਮਾਲੂਮ ਇੱਕ ਜਨਮ? ਤੇ ਮੈਮ ਇਸ ਬਾਤ ਮੇਂ ਕਿਤਨੀ ਸੱਚਾਈ ਹੈ ਕਿ ਪਤੀ ਪਤਨੀ ਕਾ ਰਿਸ਼ਤਾ ਸਾਤ ਜਨਮੋਂ ਕਾ ਹੋਤਾ ਹੈ?
सच्चाई अब अगर हम दूसरा जन्म लेंगे तो पता चलेगा। जब 7 जन्म होंगे तब देखा जाएगा। बेटी से बेटी ने ऐसे क्यों किया कि बोल दो सच्चाई है। तो ये बात कही किसने है कि 7 जन्मों का रिश्ता होता है? किसने कही है? हाँ। मैंने नहीं कही। मैडम मैं थोड़े इल्जाम ला रहे हैं। जो है कहती है कि पति पत्नी का रिश्ता 7 जन्म का होता है, इस गल में कि सच्चाई है? सच्चाई बहुत है। तू पर दोनों दे विच आ रहे हैं इस वेले। अच्छा इधर कर दे। ये गल आई कितों? 7 जन्मों वाली? 7 जन्मों वाली तो अपने लिखा है मेरे ख्याल कितने किसी ने किसी अर्थ। मैम तुसी एंजॉय कर रहे हो? बिल्कुल, गॉड इज बीन काइंड। अच्छा तुसी कहने हो कि थोड़े हस्बैंड 7 जन्मों तक थोड़े नाल रहन? नहीं तो कोई नवे नु फिर तो ट्रेन करना पेंदा। जे तुम बंदा मिल जाए जिन्हें यह गल कही की करोगे कि 7 जन्म वाली गल तू कही है? वो इंटरव्यू कराओगे थोड़ी। ओके भाई, थैंक यू मैम। बहुत थका था। लेक ते की करना है? लेक दे वास्ते घूमन फिरन, माहौल देखन। अच्छा ज्यादा तो नहीं घूम ले चक्कर आया? नहीं नहीं, हजे तो खा पी के आए, हजे तो घूमना है। बहुत ज्यादा सच्चाई है। थोड़ा ब्याह हो गया? नहीं। तो फिर थोड़ा क्या पता? मम्मी डैडी देख। सारी सच्चाई है, 7 जन्म का होता है। सारी सच्चाई है। ये गल आई कितों है भाजी 7 जन्म वाली? सारू सर पिछे जा रहा, पिछू ही आई है कि भाई जे थोड़ा बंदा मिल जाए जिन्हें 7 जन्म वाली गल की, की करोगे? की करना यार, देख लागे आराम नाल। देख लागे भाजी कह रहा मैं तो छली वांगू भुन दूंगा जी, अच्छ कढ़ रखी है। ना जी कोई गल नहीं। किन्नी छली है भाई? 7वीं? ना ये तो पहली आधी है। सत खा के उठो भाजी। पति पत्नी का रिश्ता 7 जन्मों का होंगे, ये वाकई सच्ची गल है? हाँ जी सच्ची गल है। फिर पिछे क्यों हट रहे हो? ये अंकल जी की फरमाइश से साढ़े को मुंडा आया। अंकल जी इतने लुकते फिरते हैं, कैमरा करो, असं छड़ना फिर भी नहीं। पति पत्नी का रिश्ता 7 जन्म का होंगे, इस गल कि सच्चाई है जी? थोड़ी बहुत चुटाई भी है। मैं अपनी पत्नी से बहुत खुश हूँ। मैं अपनी पत्नी से बहुत खुश हूँ। इस बात में कोई सच्चाई नहीं है? मैं ये नहीं बोल सकता जी, सच्चाई है। अच्छा, मैंने अपनी पत्नी से कभी मार नहीं खाई। मैंने अपनी पत्नी से कभी मार नहीं खाई। इस बात में कोई सच्चाई नहीं है? इस बात में सच्चाई है। हाँ जी दर्शकों, किदां दा लग्गिया फिर अज दा शो? मैनू तां बड़ा मज़ा आया चंडीगढ़ लेक दे लोकां नाल गलबात करके। थोनों भी मज़ा आया होना है। जे मज़ा आया तां नैशनल बस चैनल जिहदा शो है कॉमेडी एक्सप्रैस, ते उहनूं सबसक्राइब करो। वीडियो देख के थोनों मज़ा आएगा। मैनू तां बड़ा मज़ा आया, ते मैं भी हुण लेक दे अगर थोड़े मज़े लैणा हुण। ऐ तुहानूं क्वेश्चन पुछी आने। चंगा फिर चलदे आ। ओके बाय, टाटा, लव यू ऑल। कॉमेडी एक्सप्रेस सब्सक्राइब करो।